ਸਤਿ ਸ਼੍ਰੀ ਅਕਾਲ ਜੀ। ਅੱਜ ਸੰਡੇ ਕਰਕੇ ਫ੍ਰੀ ਸੀ ਜੀ। ਚਲੋ ਮੈਂ ਕਿਹਾ ਅੱਜ ਹਾਰਨ ਰਿਪੇਅਰ ਕਰ ਲੈਂਦੇ ਹਾਂ, ਅੱਜ ਹਾਰਨ ਦੀ ਰਿਪੇਅਰ ਕਰਦੇ ਹਾਂ, ਅੱਜ ਦੇਖਦੇ ਹਾਂ ਕੀ ਚੱਕਰ ਆ। ਕੰਮ ਘੱਟ ਕਰਦਾ ਜੀ, ਆਵਾਜ਼ ਘੱਟ ਗਈ, ਆਵਾਜ਼ ਬਹੁਤ ਸੀ ਇਹਦੀ ਪਹਿਲਾਂ ਤਾਂ। ਖੋਲ੍ਹ ਕੇ ਦੇਖਦੇ ਹਾਂ ਵੀ ਕੀ ਪ੍ਰੋਬਲਮ ਪਈ ਹੈ ਇਹਨੂੰ, ਜੇ ਰਿਪੇਅਰ ਕਰਦੇ ਹਾਂ ਇਹਦੀ। ਹਾਂਜੀ, ਜਿਹੜਾ ਬੈਕ ਵਾਲਾ ਕਟੋਰਾ ਉਹ ਅਸੀਂ ਲਾ ਲਿਆ, ਆਰਮੇਚਰ ਹੀ ਹੁੰਦਾ ਜੀ ਇਹਦੇ ਵਿੱਚ ਵੀ, ਜਦੋਂ ਆਰਮੇਚਰ ਘੁੰਮਦਾ ਫਿਰ ਹੀ ਇਹਦੀ ਆਵਾਜ਼ ਬਣਦੀ ਆ। ਪਾਣੀ ਪੈਣ ਦੇ ਨਾਲ ਥੋੜ੍ਹੀ ਜਿਹੀ ਸਮੱਸਿਆ ਆਈ ਆ। ਉਹ ਸਕੇ ਰਾਲੇ ਨਾਲ ਖੋਲ੍ਹ ਕੇ ਦੇਖਦੇ ਹਾਂ ਵੀ ਆਵਾਜ਼ ਕਾਹਤੋਂ ਘਟਾ ਗਿਆ, ਇਹ ਕਰਦੇ ਹਾਂ ਚੈੱਕ। ਹਾਂਜੀ, ਆ ਛੋਟਾ ਆਰਮੇਚਰ ਹੁੰਦਾ ਇਹ 'ਚ ਜੀ, ਐਲਮੀਨੀਅਮ ਬਾਈਂਡਿੰਗ ਆ, ਕਾਰਬਨ ਸਹੀ ਵੇ ਹੈ ਜੀ। ਥੋੜ੍ਹਾ ਜਿਹਾ ਪਾਣੀ ਪੈਣ ਨਾਲ ਜੰਗ ਲੱਗਣ ਨਾਲ ਜਿਹੜੀ ਆਵਾਜ਼ ਸੀ ਉਹ ਘੱਟ ਗਈ ਸੀ ਇਹਦੀ। ਸਾਫ਼ ਕਰਦੇ ਹਾਂ, ਸਾਫ਼ ਕਰਕੇ ਚਲਾ ਕੇ ਫਿਰ ਫਿੱਟ ਕਰਕੇ ਦੇਖਦੇ ਹਾਂ ਕਿਵੇਂ ਹੈ ਜੀ ਆਵਾਜ਼ ਦੀ। ਹਾਂਜੀ, ਮਗਲੈਲ ਵਗੈਰਾ ਦੇ ਕੇ ਸਾਫ਼ ਕਰਕੇ ਇਹਨੂੰ ਫਿੱਟ ਅਸੀਂ ਕਰਤਾ, ਮੋਟਰ ਚਲਾ ਕੇ ਦੇਖਦੇ ਹਾਂ ਚੱਕਰ ਕਿੰਨੇ ਕਾ। ਚੱਕਰ ਤਾਂ ਬਹੁਤ ਬਣਿਆ ਜੀ, ਤੇਲ ਦੇਣ ਨਾਲ ਅਤੇ ਫਿਰਕੀ ਵੀ ਜਿਹੜੀ ਢਿੱਲੀ ਹੋਈ ਪਈ ਸੀ, ਉਹ ਵੈਸੇ ਵੀ ਉਹ ਇੱਥੇ ਕਾਰਬਨ ਘੁੰਮਣੇ ਹੁੰਦੇ, ਕੋਮੀਨੇਟਰ ਵੀ ਸਾਫ਼ ਕਰ ਲਿਆ ਸੀ ਰਿਗਮਰ ਲਾ ਕੇ, ਉਸ ਕਰਦੇ ਹਾਂ ਫਿੱਟ। ਹੁਣ ਫਿਰ ਆਵਾਜ਼ ਦੇਖਦੇ ਹਾਂ ਵੀ ਆਵਾਜ਼ ਕਿੰਨੀ ਕੁ ਬਣੀ ਆ, ਅਤੇ ਸੀ ਬੈਂਟਰੀ 'ਤੇ ਛੋਟੀ 'ਤੇ ਚੈੱਕ ਕਰਾਂਗੇ ਜੀ। ਜੀ, ਸਾਡਾ ਹਾਰਨ ਬਣ ਕੇ ਤਿਆਰ ਹੈ ਜੀ, ਜਾ ਕੇ ਦੇਖਦੇ ਹਾਂ ਜੀ। ਇਹਦੇ ਮਗਰਲੇ ਪਾਸੇ ਆਹ ਨਟ ਦਿੱਤਾ ਹੁੰਦਾ, ਇਹ ਸੈਟਿੰਗ ਵਾਸਤੇ ਹੁੰਦਾ ਜੀ, ਆਵਾਜ਼ ਪਤਲੀ ਜਾਂ ਭਾਰੀ ਕਰਨੀ ਹੈ ਇੱਥੋਂ ਨਟ ਤੋਂ, ਪਸੇ ਤੋਂ ਢਿੱਲਾ ਕਰੇ ਤੋਂ ਜਿਹੜੀ ਇੱਥੋਂ ਆਵਾਜ਼ ਉਹ ਸੈੱਟ ਹੋਣੀ ਹੈ। ਹਾਂਜੀ, ਵੇਖਦੇ ਹਾਂ ਵਜਾ ਕੇ, ਕਰਦੇ ਹਾਂ ਚੈੱਕ ਹੁਣ। ਥੋੜ੍ਹਾ ਜਿਹਾ ਜੀ ਵਜਾਉਣ ਵੇਲੇ ਧਿਆਨ ਰੱਖਣਾ ਪੈਂਦਾ, ਕਈ ਵਾਰੀ ਚਾਣ ਚੱਕ ਜੇ ਵਜਾਇਆ ਜਾਵੇ ਜੀ ਥੋੜ੍ਹਾ ਜਿਹਾ ਬੰਦਾ ਡਰ ਵੀ ਜਾਂਦਾ ਇਹਦੇ ਨਾਲ ਥੋੜ੍ਹਾ ਜਿਹਾ, ਕਿਉਂਕਿ ਮੈਂ ਵੀ ਥੋੜ੍ਹੇ ਜਿਹੇ ਦਿਨ ਮੋਟਰਸਾਈਕਲ 'ਤੇ ਲਾਇਆ ਸੀ, ਵਜਾਉਣ ਨਾਲ ਥੋੜ੍ਹੀਆਂ ਜਿਹੀਆਂ ਲੋਕ ਗਾਲਾਂ ਵੱਧ ਕੱਢਦੇ ਆ, ਤਾਂ ਕਰਕੇ ਫਿਰ ਇਹ ਲਾਹਤਾ ਸੀ ਮੈਂ ਤਾਂ, ਕਿਉਂਕਿ ਇਹ ਥੋੜ੍ਹੀ ਜਿਹੀ ਲੇਰ ਜੀ ਮਾਰਦਾ ਕਰਕੇ ਕਈ ਵਾਰੀ ਬੰਦਾ ਚਾਣ ਚੱਕ ਤੁਰਿਆ ਜਾਂਦਾ, ਡਰ ਵੀ ਜਾਂਦਾ ਇਹਦੇ ਨਾਲ। ਲਓ ਜੀ, ਸਾਡਾ ਹਾਰਨ ਓਕੇ ਆ, ਧੰਨਵਾਦ।